सिटी चौंकी नेड़े नाकाबंदी दौरान एक एएसआई नु कार नाल टक्कर मार के फरार होए स्मगलर नु सीआईए स्टाफ ने काबू करके बड़ी सफलता हासिल की है। इस संबंधी जानकारी दिंदिया एसएसपी कपूरथला राजबचन सिंह संधू ने दसिया कि स्मगलरां विरुद्ध शुरू की मुहिम तहत कार्रवाई करते हुए सीआईए स्टाफ के इंचार्ज इंस्पैक्टर जरनैल सिंह ने पुलिस पार्टी समेत कार्रवाई करते हुए कथित दोषी हरकीरत सिंह उर्फ सागर पुत्र प्रीतपाल सिंह वासी बाबा ईशर सिंह कलोनी जिला जलंधर नू काबू करके उस पासों 200 ग्राम हेरोइन 100 ग्राम आइस एक पिस्टल 32 बोर मैगजीन वाला समेत दो जिंदा रोंद बरामद करके उस विरुद्ध थाना सदर विखे वख-वख धारावां तहत केस दर्ज कर लिया है। शिव कुमार दे नाल राजेंद्र कुमार जी दी रिपोर्ट। ਕਰ ਲੱਗਾ ਸੀ ਉਹ 'ਚ ਇੱਕ ਏ ਐੱਸ ਆਈ ਨੂੰ ਫਿੱਟ ਕਰਕੇ ਗੱਡੀ ਦਾ ਰੰਗ ਕੀਤੀ ਔਰ ਪਤਾ ਲੱਗਾ ਕਿ ਉਹ ਬੜਾ ਵੱਡਾ ਕੋਈ ਸਮਗਲਰ ਸੀ ਡਰੱਗਸ ਲੈ ਕੇ ਆ ਰਿਹਾ ਸੀਗਾ ਕੋਈ ਵੈਪਨਸ ਵਗੈਰਾ ਵੀ ਰਿਕਵਰ ਹੋਏ ਹੋਏ ਸੀ ਕੀ ਅਪਡੇਟ ਹੈ ਸਰ ਜੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਅਸੀਂ ਮੁਹਿੰਮ ਵੰਡੀ ਹੋਈ ਹੈ ਇਹਦੇ 'ਚ ਸਾਡੀ ਸਾਰੀ ਟੀਮ ਸਾਡੀਆਂ ਇਨਵੋਲਵ ਸੀਗੀਆਂ ਔਰ ਬੜੇ ਬਹਾਦਰੀ ਦੇ ਨਾਲ ਇਹਨਾਂ ਨੇ ਕੱਲ੍ਹ ਆਪਰੇਸ਼ਨ ਕੀਤਾ ਸਪੈਸ਼ਲੀ ਸਾਡੀ ਸੀ ਆਈ ਏ ਦੀ ਟੀਮ ਅਤੇ ਔਰ ਜਦੋਂ ਇਹ ਇੱਕ ਤਸਕਰ ਜਿਹੜਾ ਸਾਡੇ ਰਡਾਰ 'ਤੇ ਸੀ ਇਹ ਜਦੋਂ ਆਇਆ ਇੱਥੇ ਕਪੂਰਥਲੇ ਤਾਂ ਇਸ ਨੂੰ ਇੰਟਰਸੈਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨੇ ਸਾਡਾ ਜਿਹੜਾ ਉਹ ਗਲੀਆਂ ਦੇ ਵਿੱਚ ਸੀਗਾ ਇਹ ਇੱਕ ਮੋਟਰਸਾਈਕਲ ਸਾਡੇ ਸੀ ਆਈ ਏ ਦਾ ਸਟਾਫ ਦਾ ਉਹਦੇ ਟੱਕਰ ਮਾਰ ਕੇ ਇਹਨੇ ਭਜਾ ਲਈ ਸੋ ਇਹਦੇ ਪਿੱਛੇ ਅਸੀਂ ਲੱਗੇ ਤਾਂ ਅੱਗੇ ਜਾ ਕੇ ਇਹਨੂੰ ਇੰਟਰਸੈਪਟ ਕਰਨ ਵਾਸਤੇ ਸਾਡਾ ਚੌਂਕੀ ਚਾਰਜ ਸਾਇੰਸ ਸਿਟੀ ਠਾਕੁਰ ਸਿੰਘ ਉਹਨੇ ਆਪਣੀ ਗੱਡੀ ਕ੍ਰੋਸ ਕਰਕੇ ਸੜਕ ਦੇ ਵਿੱਚ ਲਾਈ ਤਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸਨੇ ਉਹਦੇ 'ਚ ਟੱਕਰ ਮਾਰ ਕੇ ਤਾਂ ਸਾਡੇ ਏ ਐੱਸ ਆਈ ਨੂੰ ਜ਼ਖਮੀ ਕਰਕੇ ਇਹ ਅੱਗੇ ਨਿਕਲ ਗਿਆ ਸਾਡੀ ਟੀਮ ਨੇ ਅੱਗੇ ਜਾ ਕੇ ਇਹਨੂੰ ਦਬੋਚਿਆ ਤਾਂ ਇਸ ਕੋਲੋਂ ਇੱਕ 32 ਬੋਰ ਦਾ ਪਿਸਟਲ ਜਿਹਦੇ ਨਾਲ ਦੋ ਰਾਊਂਡ ਸੀਗੇ ਇੱਕ ਮੈਗਜ਼ੀਨ ਸੀ ਇਹ 200 ਗ੍ਰਾਮ ਹੈਰੋਇਨ ਅਤੇ 100 ਗ੍ਰਾਮ ਆਈਸ ਇਹਦੇ ਤੋਂ ਬਰਾਮਦ ਹੋਈ ਹੈ ਇਹਦੇ ਜਿਹੜਾ ਪ੍ਰੀਲਿਮਨਰੀ ਰਿਕਾਰਡ ਤੋਂ ਪਤਾ ਲੱਗਿਆ ਕਿ ਪਹਿਲਾਂ ਵੀ ਇਹਦੇ 'ਤੇ ਹਰਕੀਰਤ ਨਾਮ ਦਾ ਇਹ ਸ਼ਖਸ ਹੈ ਪਹਿਲਾਂ ਵੀ ਇਹਦੇ 'ਤੇ ਕਈ ਮਾਮਲੇ ਐੱਨ ਡੀ ਪੀ ਐੱਸ 'ਤੇ ਦਰਜ ਨੇ ਅਤੇ ਪ੍ਰੀਲਿਮਨਰੀ ਉਹਦੇ 'ਚ ਇਹਨੇ ਦੱਸਿਆ ਕਿ ਮੈਂ ਇਹ ਦਿੱਲੀ ਤੋਂ ਲੈ ਕੇ ਆਇਆ ਇਹ ਇੱਥੇ ਸਪਲਾਈ ਕਰਨ ਵਾਸਤੇ ਆਇਆ ਸੀ ਕਪੂਰਥਲੇ ਦੇ ਵਿੱਚ ਇਸ ਤੋਂ ਅੱਗੇ ਹੁਣ ਕਿੰਨੀ ਰਿਕਵਰੀ ਹੋਈ ਸਰ ਜਿਵੇਂ ਮੈਂ ਦੱਸਿਆ ਜੀ 200 ਗ੍ਰਾਮ ਹੈਰੋਇਨ ਅਤੇ 100 ਗ੍ਰਾਮ ਆਈਸ ਪਲੱਸ 1 ਪਿਸਟਲ ਐਂਡ 2 ਰਾਊਂਡਸ 2 ਲਾਈਵ ਰਾਊਂਡਸ ਅਤੇ ਮੈਗਜ਼ੀਨ ਕੋਈ ਸਰ ਉੱਥੇ ਗੋਲੀ ਵੀ ਚਲਾਈ ਗਈ ਹੈ ਨਹੀਂ ਕੱਲ੍ਹ ਵਾਲੇ ਆਪਰੇਸ਼ਨ 'ਚ ਕੋਈ ਫਾਇਰਿੰਗ ਨਹੀਂ ਹੋਈ ਸਿਰਫ ਇਹਨੇ ਟੱਕਰ ਜ਼ਰੂਰ ਮਾਰੀ ਸਾਡੇ ਏ ਐੱਸ ਆਈ ਨੇ ਰਿਵੋਲਵਰ ਕੱਢ ਕੇ ਰੋਕਣ ਦੀ ਜ਼ਰੂਰ ਕੋਸ਼ਿਸ਼ ਕੀਤੀ ਸੀ ਪਰ ਕੋਈ ਫਾਇਰਿੰਗ ਨਹੀਂ ਹੋਈ ਤਾਂ ਸਰ ਇਹਦਾ ਕੋਈ ਲਿੰਕ ਜਿੱਦਾਂ ਪਿਛਲੇ ਦਿਨੀ ਕਪੂਰਥਲਾ ਪੁਲਿਸ ਨੇ ਜੇਲ੍ਹ ਦੇ ਵਿੱਚ ਵੀ ਗੈਂਗ ਮਾਫੀਆ ਜਿਹੜੇ ਸੀ ਸਾਰਿਆਂ ਨਾਲ ਨਹੀਂ ਉਹ ਸਾਡਾ ਔਨਗੋਇੰਗ ਆਪਰੇਸ਼ਨ ਹੈ ਅਸੀਂ ਜੇਲ੍ਹਾਂ ਦੇ ਵਿੱਚੋਂ 3-3 ਚਾਰ-ਚਾਰ ਕਰਕੇ ਅਸੀਂ ਜਿਹੜੇ ਗੈਂਗਸਟਰਸ ਵੀ ਨੇ ਜਿਹਦੇ 'ਚ ਡਰੱਗ ਪੈਡਲਰਸ ਵੀ ਉਹਨਾਂ ਨੂੰ ਲੈ ਕੇ ਆ ਰਹੇ ਹਾਂ ਉਹਨਾਂ ਤੋਂ ਪੁੱਛਗਿੱਛ ਕਰਕੇ ਲਿੰਕਸ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਬੈਕਵਰਡ ਲਿੰਕੇਜਸ ਪਰ ਜਿਹੜਾ ਕੱਲ੍ਹ ਵਾਲਾ ਕੇਸ ਸੀਗਾ ਇਹਦੇ 'ਚ ਇਹਨਾਂ ਇਸ ਮਾਮਲੇ ਦੇ ਨਾਲ ਉਹ ਜੇਲ੍ਹ ਵਾਲੇ ਜਿਹੜੇ ਅਸੀਂ ਲੈਂਦੇ ਹੋਏ ਨੇ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਤਲਕ ਨਹੀਂ ਸੀ ਸਰ ਜਿਹੜੇ ਬੰਦਾ ਅਰੈਸਟ ਕੀਤਾ ਉਹ ਕਿੱਥੋਂ ਦਾ ਰਹਿਣ ਵਾਲਾ ਸੀਗਾ ਔਰ ਜਿਹੜੇ ਉਹਦੇ ਨਾਲ ਕੋਈ ਲਿੰਕ ਮਤਲਬ ਜਿਹੜਾ ਹਰਕੀਰਤ ਨਾਮ ਦਾ ਬੰਦਾ ਅਰੈਸਟ ਕੀਤਾ ਇਹ ਜਲੰਧਰ ਦਾ ਰਹਿਣ ਵਾਲਾ ਤੇ ਜਿਹੜੇ ਸਰ ਇੱਕ ਕਪੂਰਥਲੇ ਵੀ ਕੋਈ ਅਰੈਸਟ ਕੀਤਾ ਗਿਆ ਬੰਦਾ ਉਹਦਾ ਨਾਮ ਕੀ ਹੈ ਕਿੱਥੋਂ ਰਹਿਣ ਉਹ ਹੁਣੇ ਹੀ ਅਸੀਂ ਜਿਹਨੂੰ ਸਪਲਾਈ ਕਰਨ ਵਾਸਤੇ ਆਇਆ ਸੀਗਾ ਪ੍ਰਿੰਸ ਨਾਮ ਦਾ ਬੰਦਾ ਸੀ ਪ੍ਰਿੰਸ ਕੁਮਾਰ ਕਰਕੇ ਹੈ ਉਹਨੂੰ ਇਹ ਸਪਲਾਈ ਦੇਣ ਵਾਸਤੇ ਆਇਆ ਸੀ ਉਹਨੂੰ ਅਸੀਂ ਰਾਤ ਨੂੰ ਅਰੈਸਟ ਕੀਤਾ ਜੀ ਕੋਈ ਸਰ ਜਿਹੜਾ ਬੰਦਾ ਅਰੈਸਟ ਕੀਤਾ ਕੋਈ ਰਾਜਨੀਤਿਕ ਲਿੰਕ ਉਹਦੇ ਕੋਈ ਹੈਗੇ ਜਾਂ ਕੋਈ ਫਿਲਹਾਲ ਸਾਨੂੰ ਸਾਡੇ ਦੇਖਣ 'ਚ ਕੋਈ ਇਹੋ ਜਿਹਾ ਰਾਜਨੀਤਿਕ ਕੋਈ ਲਿੰਕ ਨਹੀਂ ਆਇਆ ਲਾਸਟ ਕੁਐਸਚਨ ਸਰ ਇੱਕ ਗੱਡੀ ਜਿਹੜੀ ਰਿਕਵਰ ਹੋਈ ਆ ਉਹਦੇ ਨੰਬਰ ਕਪੂਰਥਲੇ ਦਾ ਲਿਖਿਆ ਹੋਇਆ ਹੈਗਾ ਗੱਡੀ ਕੋਈ ਚੋਰੀ ਦੀ ਆ ਜਾਂ ਕਿ ਗੱਡੀ ਹਾਲੇ ਫਿਲਹਾਲ ਸਾਡੇ ਜਿਹੜੇ ਵਾਹਨ ਜਾਂ ਖੋਜ ਐਪ ਦੇ ਵਿੱਚੋਂ ਨਹੀਂ ਲੱਭਿਆ ਇਹ ਚੋਰੀ ਦਾ ਹੋਣਾ ਨਹੀਂ ਪਾਇਆ ਗਿਆ ਪਰ ਫਿਰ ਵੀ ਅਸੀਂ ਪਤਾ ਕਰਾਂਗੇ ਉਹਦੇ ਬੈਕਵਰਡ ਦੇਖਾਂਗੇ ਕਿ ਕਿੱਥੋਂ ਇਹਨੇ ਗੱਡੀ ਕਿੱਥੋਂ ਦੀ ਸੀਗੀ ਵਰਨਾ ਵਾਈਟ ਕਲਰ ਦੀ ਵਰਨਾ ਗੱਡੀ ਸੀ ਨਹੀਂ ਇਹਦੇ ਕਹਿਣ ਦੇ ਮੁਤਾਬਕ ਇਹ ਪਿਛਲੇ 2 ਮਹੀਨਿਆਂ ਤੋਂ ਆ ਕੇ ਗਿੜਨ ਲਾ ਕੇ ਜਾਂਦਾ ਸੀਗਾ ਬਾਕੀ ਅਸੀਂ ਇਸਟੈਬਲਿਸ਼ ਕਰਾਂਗੇ ਕਿੰਨਾ ਪੁਰਾਣਾ ਇੱਥੇ ਆਉਂਦਾ ਹੈ ਕੀ ਕੰਮ ਕਰਦਾ ਹੈ ਇਹਦਾ ਮਤਲਬ ਸਰ ਪਿਛਲੇ 2 ਮਹੀਨੇ ਤੋਂ ਲਗਾਤਾਰ ਸਪਲਾਈ ਜਿਹੜੀ ਇਹ ਦੇ ਕੇ ਆ ਰਿਹਾ ਫਿਰ ਫਸਟ ਟਾਈਮ ਕਪੂਰਥਲਾ ਪੁਲਿਸ ਨੇ ਜੀ